ਜੇਕਰ ਤੁਸੀਂ ਕੋਈ ਸਪੋਰਟਸ ਇਵੈਂਟ ਕਰਵਾ ਰਹੇ ਹੋ ਅਤੇ ਚਾਹੁੰਦੇ ਹੋ ਕਿ ਇਸ ਇਵੈਂਟ ਦੀ ਕਵਰੇਜ ਪੰਜਾਬੀ ਸਪੋਰਟਸ ਦੀ ਕੀਤੀ ਜਾਵੇ ਤਾਂ ਸਾਨੂੰ ਕੰਟੈਕਟ ਕਰੋ ਅਤੇ ਪੰਜਾਬੀ ਸਪੋਰਟਸ ਦੀ ਟੀਮ ਉੱਥੇ ਜ਼ਰੂਰ ਪਹੁੰਚੇਗੀ। ਆਪਣੀ ਸਪੋਰਟਸ ਇਵੈਂਟ ਦੀ ਲਾਈਵ ਕਵਰੇਜ ਕਰਵਾਉਣ ਲਈ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਹੁਣ ਦੇਖਦੇ ਹਾਂ ਜਗਜੀਤ ਐਟਵਾਲ ਦੀ ਐਡਵਾਂਸ ਬੋਡੀ ਬਿਲਡਿੰਗ ਟ੍ਰੇਨਿੰਗ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਗਜੀਤ ਅਠਵਾਲ ਪੰਜਾਬੀ ਸਪੋਰਟਸ ਚੈਨਲ 'ਤੇ ਅੱਜ ਤੁਹਾਡੇ ਵਾਸਤੇ ਐਡਵਾਂਸ ਟ੍ਰੇਨਿੰਗ ਦੇ ਵਿੱਚ ਮੈਂ ਜਿਹੜੀ ਐਕਸਰਸਾਈਜ਼ ਲੈ ਕੇ ਆ ਉਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਤੁਸੀਂ ਵੀ ਉਹਦੇ ਬੈਨੀਫਿਟ ਲਓ ਆਪਣੀ ਲਾਈਫ ਦੇ ਵਿੱਚ। ਔਰ ਉਹ ਜਿਹੜੀ ਐਕਸਰਸਾਈਜ਼ ਹੈਗੀ ਸ਼ੋਲਡਰ ਦੀ ਐਕਸਰਸਾਈਜ਼ ਹੈਗੀ, ਉਹਨੂੰ ਮੋਢਿਆਂ ਦੀ ਐਕਸਰਸਾਈਜ਼ ਵੀ ਕਹਿ ਸਕਦੇ ਔਰ ਡੈਲਟੋਡ ਐਕਸਰਸਾਈਜ਼ ਵੀ ਕਹਿ ਸਕਦੇ ਹੈਗੇ। ਫਸਟ ਜਿਹੜੀ ਮੈਂ ਐਕਸਰਸਾਈਜ਼ ਤੁਹਾਨੂੰ ਦੱਸਣਾ ਚਾਹੁੰਦਾ, ਪਹਿਲੀ ਐਕਸਰਸਾਈਜ਼ ਜਿਹੜੀ ਆਪਾਂ ਕਰਨੀ ਹੈਗੀ ਉਹਦਾ ਨਾਮ ਹੈਗਾ ਸੀਟਡ ਓਵਰ ਹੈਡ ਡੰਬਲ ਪ੍ਰੈਸ। ਉਹ ਆਪਾਂ ਬੈਂਚ 'ਤੇ ਬੈਠ ਕੇ ਉਹ ਡੰਬਲਾਂ ਦੇ ਨਾਲ ਮੈਂ ਤੁਹਾਨੂੰ ਦੱਸਾਂਗਾ ਸ਼ੋਲਡਰ ਦੀ ਐਕਸਰਸਾਈਜ਼ ਕਰਕੇ। ਔਰ ਉਹਦੇ ਵਿੱਚ ਜਦੋਂ ਆਪਾਂ ਸੀਟਡ ਬੈਂਚ 'ਤੇ ਓਵਰ ਹੈਡ ਪ੍ਰੈਸ ਕਰਦੇ ਹੈਗੇ ਹਾਂ, ਸ਼ੋਲਡਰ ਕਰਦੇ ਹੈਗੇ ਹਾਂ, ਉਹਦੇ ਵਿੱਚ ਮਸਲ ਕਿਹੜੇ ਯੂਜ਼ ਹੁੰਦੇ? ਇੱਕ ਤਾਂ ਤੁਹਾਡਾ ਫਰੰਟ ਸ਼ੋਲਡਰ ਯੂਜ਼ ਹੁੰਦਾ ਹੈਗਾ, ਫਰੰਟ ਡੈਲਟੋਇਡ ਐਂਡ ਇੱਕ ਮਿਡਲ ਵਾਲਾ। ਉਹ ਜਦੋਂ ਆਪਾਂ ਕਰਨਾ ਹੈਗਾ, ਜਦੋਂ ਤੁਸੀਂ ਉੱਪਰ ਨੂੰ ਲੈ ਕੇ ਜਾਣਾ ਹੈਗਾ ਉਦੋਂ ਤੁਸੀਂ ਸਾਹ ਅੰਦਰ ਨੂੰ ਲੈਣਾ ਹੈਗਾ, ਔਰ ਜਦੋਂ ਥੱਲੇ ਨੂੰ ਰਿਲੈਕਸ ਕਰਨਾ ਹੈਗਾ ਉਦੋਂ ਤੁਸੀਂ ਸਾਹ ਨੂੰ ਆਪਣੇ ਬਾਹਰ ਛੱਡਣਾ ਹੈਗਾ। ਰੈਪੀਟੇਸ਼ਨ ਤੁਸੀਂ ਰੱਖਣੇ ਹੈਗੇ ਆ ਆਪਣੀ ਸਟਰੈਂਥ ਦੇ ਹਿਸਾਬ ਨਾਲ, ਜੇ ਤੁਸੀਂ 6 ਕਰ ਸਕਦੇ ਹੈਵੀ। ਔਰ ਹਮੇਸ਼ਾ ਤੁਸੀਂ ਯਾਦ ਰੱਖਣਾ ਹੈਗਾ ਕਿ ਜਿਹੜੀ ਸ਼ੋਲਡਰ ਹੈਗਾ ਛੋਟਾ ਮਸਲ ਹੈਗਾ, ਇਹਦੀਆਂ ਬਹੁਤ ਸਾਰੀਆਂ ਹਮੇਸ਼ਾ ਜਿਹੜਾ ਵੀ ਛੋਟਾ ਮਸਲ ਹੈਗਾ ਇਹਦੀਆਂ ਜ਼ਿਆਦਾ ਐਕਸਰਸਾਈਜ਼ ਨਹੀਂ ਤੁਸੀਂ ਕਰਨੀਆਂ ਹੈਗੀਆਂ, ਮਤਲਬ ਲਿਮਿਟਡ ਦੇ ਵਿੱਚ ਕਰੋ ਤਾਂ ਹੀ ਉਹ ਮਸਲ ਜ਼ਿਆਦਾ ਇੰਪਰੂਵ ਹੁੰਦਾ ਹੈਗਾ। ਉਹ ਸ਼ੋਲਡਰ ਦੇ ਵਿੱਚ ਜਿੱਦਾਂ ਆਪਾਂ ਸੀਟਡ ਓਵਰ ਡੰਬਲ ਪ੍ਰੈਸ ਮੈਂ ਕਰਾਂਗਾ, ਉਹਦੇ ਵਿੱਚ ਫਰੰਟ ਸ਼ੋਲਡਰ ਯੂਜ਼ ਹੋ ਗਿਆ, ਤੁਹਾਡਾ ਮਿਡਲ ਸ਼ੋਲਡਰ ਯੂਜ਼ ਹੋ ਗਿਆ, ਮਿਡਲ ਫਰੰਟ ਡੈਲਟੋਇਡ, ਮਿਡਲ ਡੈਲਟੋਇਡ, ਤੁਹਾਡੇ ਟਰਪੀਜ਼ੀਏ ਯੂਜ਼ ਹੁੰਦੇ ਆ ਜਦੋਂ ਤੁਸੀਂ ਕਰਦੇ ਹੈਗੇ ਆ। ਔਰ ਹਮੇਸ਼ਾ ਜਦੋਂ ਤੁਸੀਂ ਉਹ ਕਰਨਾ, ਬੈਕ ਤੁਹਾਡੀ ਸਿੱਧੀ ਹੋਣੀ ਚਾਹੀਦੀ ਹੈ, ਕੋਰ ਤੁਹਾਡੀ ਟਾਈਟ ਹੋਣੀ ਚਾਹੀਦੀ, ਪੇਟ ਦੇ ਮਸਲ ਜਿਹਨੂੰ ਆਪਾਂ ਐਬਡੋਮੀਨਲ ਕਹਿੰਦੇ ਹੈਗੇ ਆ ਉਹ ਟਾਈਟ ਹੋਣੇ ਚਾਹੀਦੇ ਆ। ਔਰ ਹਮੇਸ਼ਾ ਤੁਸੀਂ ਉਹਦੇ ਵਿੱਚ ਵੀ ਜ਼ਰਕ ਨਹੀਂ ਯੂਜ਼ ਕਰਨੀ, ਪ੍ਰੋਪਰ ਤੁਸੀਂ ਕਲੀਨ ਵੇ ਨਾਲ ਕਰਨਾ ਹੈਗਾ ਕਿ ਤੁਸੀਂ ਆਪਣੇ ਸ਼ੋਲਡਰ ਨੂੰ ਇੰਪਰੂਵ ਕਰ ਸਕੋ। ਔਰ ਓਵਰ ਵੇਟ ਨਹੀਂ ਜਾਣਾ ਹੈਗਾ। ਸਪੋਜ਼ ਤੁਸੀਂ ਤੁਹਾਡਾ ਤੁਸੀਂ ਆਪਣੇ 50 ਪਾਊਂਡ ਦੇ ਡੰਬਲ ਕਰਦੇ ਪਏ ਆ ਜਾਂ 60 ਦੇ 70 ਦੇ, ਜੇ ਤੁਸੀਂ 60 ਦੇ 10 ਰੈਪ ਕਰਦੇ ਜਾਂ 8 ਕਰਦੇ ਹੈਗੇ ਉਹੀ ਕਰੋ। ਇਹ ਨਹੀਂ ਕਿ ਤੁਸੀਂ ਮਤਲਬ 100 ਪਾਊਂਡ ਦਾ ਡੰਬਲ ਚੱਕਿਆ ਹੈਗਾ ਅਤੇ ਤੁਸੀਂ ਉਹਦੇ 3-4 ਰੈਪ ਕਰਦੇ ਪਏ ਹੋ, ਉਹ ਵੀ ਬੜੇ ਹਾਰਡਲੀ ਕਰਦੇ ਪਏ ਅਤੇ ਪਿੱਛੇ ਸਪੋਰਟਰ ਨੂੰ ਰੱਖਿਆ ਹੈਗਾ, ਉਹਨਾਂ ਕੀ ਹੁੰਦਾ ਮਸਲ ਨੂੰ ਇੰਜਰੀ ਆ ਜਾਂਦੀ ਆ। ਔਰ ਤੁਸੀਂ ਉਹਦੇ ਵਿੱਚ ਗਲਤੀਆਂ ਵੀ ਬਹੁਤ ਕਰਦੇ ਹੈਗੇ, ਜਿੱਦਾਂ ਤੁਹਾਡੀ ਬੈਕ ਨੂੰ ਤੁਸੀਂ ਸਿੱਧੀ ਨਹੀਂ ਰੱਖ ਪਾਓਗੇ ਔਰ ਤੁਸੀਂ ਜ਼ਰਕ ਕਰੋਗੇ ਜਿੰਨਾ ਤੁਹਾਨੂੰ ਇੰਜਰੀ ਹੈਗੀ। ਇਸ ਕਰਕੇ ਆਲਵੇਜ਼ ਤੁਸੀਂ ਵੇਟ ਉਨਾ ਕੁ ਰੱਖਣਾ ਹੈਗਾ ਜਿਹੜੇ ਤੁਸੀਂ ਉਹਨੂੰ ਪ੍ਰੋਪਰ ਰੈਪੀਟੇਸ਼ਨ ਕਰ ਸਕੋ ਔਰ ਇੰਜਰੀ ਤੋਂ ਬਚ ਸਕੋ। ਔਰ ਦੂਜੀ ਜਿਹੜੀ ਮੇਰੀ ਐਕਸਰਸਾਈਜ਼ ਹੈਗੀ ਆ ਉਹ ਹੈਗੀ ਆ ਸੀਟਡ ਲੈਟਰਸ ਰੇਜ਼ਿੰਗ ਡੰਬਲ ਕਰ ਸਕਦੇ ਹੈਗੇ ਆ ਔਰ ਸਟੈਂਡਿੰਗ ਲੈਟਰ ਡੰਬਲ ਰੇਜ਼ਿੰਗ ਕਰ ਸਕਦੇ ਹੈਗੇ। ਇਹਦੇ ਨਾਲ ਤੁਹਾਡਾ ਜਿਹੜਾ ਮਿਡਲ ਡੈਲਟੋਇਡ ਹੈਗਾ ਹੈ ਉਹ ਇੰਪਰੂਵ ਹੁੰਦਾ, ਮਿਡਲ ਜਿਹੜਾ ਸ਼ੋਲਡਰ ਮਸਲ ਹੈਗਾ ਉਹ ਜ਼ਿਆਦਾ ਇੰਪਰੂਵ ਹੁੰਦਾ ਹੈਗਾ। ਔਰ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਹੈਗੀਆਂ ਜਦੋਂ ਵੀ ਤੁਸੀਂ ਕਰਨੀ ਹੈਗੀ, ਉਹ ਮੈਂ ਪਹਿਲਾਂ ਵੀ ਦੱਸਿਆ ਕਿ ਜ਼ਰਕ ਯੂਜ਼ ਹਮੇਸ਼ਾ ਨਹੀਂ, ਕੋਈ ਵੀ ਐਕਸਰਸਾਈਜ਼ ਕਰਦੇ ਜ਼ਰਕ ਤੁਸੀਂ ਯੂਜ਼ ਨਹੀਂ ਕਰਨੀ ਹੈਗੀ, ਉਹਦੇ ਕਰਕੇ ਇੰਜਰੀ ਆਉਂਦੀ ਹੈਗੀ। ਅਤੇ ਆਲਵੇਜ਼ ਤੁਹਾਡੀਆਂ ਆਰਮ ਜਿਹੜੀਆਂ ਥੋੜ੍ਹੀਆਂ ਜਦੋਂ ਤੁਸੀਂ ਆਪਣੇ ਸਾਈਡ ਲੇਟਰ ਰੇਜ਼ਿੰਗ ਕਰਦੇ ਹੈਗੇ ਆ ਤੁਹਾਡੀਆਂ ਆਰਮ ਥੋੜ੍ਹੀਆਂ ਜਿਹੀਆਂ ਬੈਂਡ ਹੋਣੀਆਂ ਚਾਹੀਦੀਆਂ, ਥੋੜ੍ਹੀਆਂ ਬੈਂਡ ਹੋ ਕੇ ਫਿਰ ਤੁਸੀਂ ਉਹਨੂੰ ਉੱਪਰ ਨੂੰ ਚੱਕੋ। ਉੱਪਰ ਨੂੰ ਜਦੋਂ ਚੱਕਣਾ ਹੈਗਾ ਉਹਨੂੰ ਓਵਰ ਸਟੈਚ ਨਹੀਂ ਕਰਨਾ ਹੈਗਾ, ਹਾਫ ਤੱਕ ਚੱਕ ਕੇ ਤੁਸੀਂ ਉਹਨੂੰ ਥੱਲੇ ਲੈ ਆਓ, ਉਹਦੇ ਵਿੱਚ ਕੀ ਤੁਹਾਡਾ ਫਰੰਟ ਔਰ ਮਿਡਲ ਜਿਹੜਾ ਡੈਲਟੋਇਡ ਉਹ ਵਰਕ ਕਰੇਗਾ। ਨੈਕਸਟ ਵੀਕ ਮੈਂ ਤੁਹਾਡੇ ਲਈ ਹੋਰ ਵੀ ਐਡਵਾਂਸ ਟ੍ਰੇਨਿੰਗ, ਹੋਰ ਵੀ ਜ਼ਿਆਦਾ ਟਿਪਸ ਲੈ ਕੇ ਆਵਾਂਗਾ ਕਿ ਤੁਸੀਂ ਆਪਣੇ ਮਸਲਸ ਆਪਣੀ ਬਾਡੀ ਨੂੰ ਪ੍ਰਪੋਰਸ਼ਨੇਟ ਐਂਡ ਪ੍ਰੋਪਰ ਤਰੀਕੇ ਨਾਲ ਇੰਪਰੂਵ ਕਰ ਸਕੋ ਔਰ ਇੰਜਰੀ ਤੋਂ ਸੇਫ ਹੋ ਸਕੋ। ਮੈਂ ਜਗਜੀਤ ਅਠਵਾਲ ਪੰਜਾਬੀ ਸਪੋਰਟਸ, ਥੈਂਕ ਯੂ।